ਦੇਸ਼ ਵਿਦੇਸ਼ ਵਿੱਚ ਗੀਤਾ ਦਾ ਪ੍ਰਚਾਰ ਕਰ ਰਹੀ 108 ਗੀਤਾ ਮਾਤੇਸ਼ਵਰੀ ਨੇ ਨਿਊਜ਼ ਨੰਬਰ ਦੀ ਟੀਮ ਨਾਲ ਕੁਝ ਖਾਸ ਪਲ ਸਾਂਝੇ ਕੀਤੇ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀਮਦ ਭਗਵਤ ਗੀਤਾ ਭਗਵਾਨ ਦਾ ਦਿਵਯ ਗੀਤ ਹੈ। ਉਹਨਾਂ ਦੱਸਿਆ ਕਿ ਮੈਨੂੰ ਗੀਤਾ ਦਾ ਪ੍ਰਚਾਰ ਕਰਨ ਦਾ ਮੌਕਾ ਸਾਡੇ ਗੁਰੂਦੇਵ ਮਹਾਜਨ ਸ਼੍ਰੀ ਸ਼੍ਰੀ 1008 ਸਵਾਮੀ ਹਰੀਹਰ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਉਹਨਾਂ ਦੱਸਿਆ ਕਿ ਸਵਾਮੀ ਹਰੀਹਰ ਜੀ ਤੋਂ ਬਾਅਦ ਮੈਨੂੰ ਪਰਮ ਪੂਜਿਆ ਗੁਰੂ ਸਵਾਮੀ 108 ਸ਼੍ਰੀ ਮੁਕਤਾਨੰਦ ਜੀ ਦਾ ਮਾਰਗ ਦਰਸ਼ਨ ਮਿਲਿਆ ਅਤੇ ਉਹਨਾਂ ਦੇ ਨਾਲ ਹੀ ਮੈਨੂੰ ਦੇਸ਼ ਵਿਦੇਸ਼ ਵਿੱਚ ਹੁਣ ਤੱਕ 12 ਦੇਸ਼ਾਂ ਤੇ 185 ਜ਼ਿਲ੍ਹਿਆਂ ਵਿੱਚ ਗੀਤਾ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਹੈ। ਗੀਤਾ ਮਾਤੇਸ਼ਵਰੀ ਨੇ ਦੱਸਿਆ ਕਿ ਮੈਨੂੰ ਅੰਮ੍ਰਿਤਸਰ ਵਿੱਚ ਗੀਤਾ ਪ੍ਰਚਾਰ ਕਰਦਿਆਂ ਲਗਾਤਾਰ 24 ਸਾਲ ਹੋ ਗਏ ਹਨ ਅਤੇ ਹਰ ਸਾਲ ਇਸ ਭਗਵਤ ਸਪਤਾਹ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਗੀਤਾ ਮਾਤੇਸ਼ਵਰੀ ਨੇ ਭਗਵਤ ਸਪਤਾਹ ਦੀ ਕਵਰੇਜ ਦਿਖਾਉਣ ਵਾਲੀ ਨਿਊਜ਼ ਨੰਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੰਗੇ ਕੰਮਾਂ ਨੂੰ ਦੁਨੀਆ ਤੱਕ ਪਹੁੰਚਾਉਣਾ ਅਤੇ ਸਮਾਜਿਕ ਬੁਰਾਈਆਂ ਨੂੰ ਦੁਨੀਆ ਸਾਹਮਣੇ ਲਿਆ ਕੇ ਲੋਕਾਂ ਨੂੰ ਜਾਗਰੂਕ ਕਰਨਾ ਚੰਗੇ ਮੀਡੀਆ ਦੀ ਪਹਿਚਾਣ ਹੈ। ਸ਼੍ਰੀਮਦ ਭਗਵਦ ਗੀਤਾ ਭਗਵਾਨ ਕਾ ਦਿਵਯ ਗੀਤ ਹੈ। ਇਸ ਗੀਤਾ ਕਾ ਪ੍ਰਚਾਰ ਕਰਨੇ ਕੇ ਲੀਏ ਹਮਾਰੇ ਸਦਗੁਰੂਦੇਵ ਭਗਵਾਨ ਸ਼੍ਰੀ ਸ਼੍ਰੀ 1008 ਸਵਾਮੀ ਹਰੀਹਰ ਜੀ ਮਹਾਰਾਜ, ਜਿਨਕੇ ਰੋਮ ਰੋਮ ਮੇ ਗੀਤਾ ਬਸੀ ਥੀ ਔਰ ਜਿਨ੍ਹੋਂਨੇ ਦੇਸ਼ ਵਿਦੇਸ਼ ਮੇ ਬਹੁਤ ਗੀਤਾ ਕਾ ਪ੍ਰਚਾਰ ਕੀਆ, ਯੰਗ ਏਜ ਸੇ ਉਹਨੇ ਅੰਨ ਜਲ ਕਾ ਤਿਆਗ ਕਰ ਦਿਆ ਥਾ, ਐਸੀ ਗੀਤਾ ਕੀ ਸਾਕਾਰ ਮੂਰਤੀ ਥੇ, ਉਨ੍ਹੀਂ ਕੀ ਸ਼ਰਣ ਮੁਝੇ ਬਚਪਨ ਸੇ ਮਿਲੀ ਔਰ ਉਨ੍ਹੀਂ ਕਾ ਆਦੇਸ਼ ਹੁਆ ਗੀਤਾ ਕਾ ਪ੍ਰਚਾਰ ਕਰੋ। ਮਹਾਰਾਜ ਸ਼੍ਰੀ ਕੀ ਕਿਰਪਾ ਸੇ ਆਜ ਦੇਸ਼ ਵਿਦੇਸ਼ ਮੇ ਗੀਤਾ ਕਾ ਪ੍ਰਚਾਰ ਕਰਨੇ ਕਾ ਅਵਸਰ ਪ੍ਰਾਪਤ ਹੋ ਰਿਹਾ ਹੈ, ਪਰ ਇਹ ਸਾਰਾ ਸ਼੍ਰੇ ਜਾਤਾ ਹੈ ਪਰਮ ਪੂਜੇ ਸਵਾਮੀ ਮੁਕਤਾਨੰਦ ਜੀ ਮਹਾਰਾਜ ਕੋ, ਜਿਨਕਾ ਮੁਝੇ ਮਾਰਗਦਰਸ਼ਨ ਮਿਲਾ ਔਰ ਉਨ੍ਹੀਂ ਕੇ ਸਾਥ ਜਾਕਰ ਦੇਸ਼ ਵਿਦੇਸ਼ ਮੇ ਗੀਤਾ ਪ੍ਰਚਾਰ ਕਰਨੇ ਕਾ ਅਵਸਰ ਪ੍ਰਾਪਤ ਹੋ ਰਿਹਾ ਹੈ। ਗੀਤਾ ਇੱਕ ਐਸਾ ਅਲੌਕਿਕ ਗੀਤ ਹੈ ਜਿਸ ਕੀ ਜ਼ਰੂਰਤ ਆਜ ਘਰ ਘਰ ਮੇ ਹੈ। ਆਜ ਘਰ ਘਰ ਮੇ ਅਸ਼ਾਂਤੀ ਫੈਲ ਚੁੱਕੀ ਹੈ, ਲੋਕ ਦੁਖੀ ਹੈ। ਜਬ ਤੱਕ ਗੀਤਾ ਕਾ ਸੰਦੇਸ਼ ਘਰ ਘਰ ਮੇ ਫੈਲੇਗਾ ਨਹੀਂ, ਤਬ ਤੱਕ ਘਰ ਸਵਰਗ ਨਹੀਂ ਬਨੇਗਾ ਔਰ ਲੋਕੋ ਕਾ ਭਵਿਸ਼ਯ ਸੁੰਦਰ ਨਹੀਂ ਬਨ ਸਕਤਾ। ਔਰ ਹਮਾਰੇ ਸਾਥ ਅਭੀ ਨਿਊਜ਼ ਨੰਬਰ ਟੀਮ ਵਾਲੇ ਯਹਾਂ ਪਰ ਸਾਥ ਬੈਠੇ ਹੈ ਔਰ ਜੋ ਬੜੀ ਸੇਵਾ ਕਰ ਰਹੇ ਹੈ ਕਿ ਗੀਤਾ ਕਾ ਪ੍ਰਚਾਰ ਇਹ ਜਨ ਜਨ ਤੱਕ ਪਹੁੰਚੇ। ਜੋ ਯਹਾਂ ਪਰ ਕਲਸ਼ ਯਾਤਰਾ ਹੋਈ, ਉਹ ਵੀ ਉਹਨੇ ਆਪਣੇ ਚੈਨਲ ਕੇ ਮਾਧਿਅਮ ਸੇ ਸਭੀ ਲੋਕੋ ਤੱਕ ਪਹੁੰਚਾਉਣੇ ਕਾ ਪ੍ਰਯਾਸ ਕੀਆ ਔਰ ਥੋੜ੍ਹਾ ਥੋੜ੍ਹਾ ਜੋ ਵੀ ਉਹ ਯਹਾਂ ਪਰ ਰਿਕਾਰਡਿੰਗ ਕਰ ਰਹੇ ਹੈ ਤਾਂ ਕਿ ਲੋਕ ਇਸ ਗਿਆਨ ਕੋ ਸੁਣੇ ਔਰ ਆਗੇ ਬੜੇ।